ਲੁਧਿਆਣਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਇੱਕ ਵਾਰ ਫਿਰ ਝੜਪ ਦੀ ਖਬਰ ਸਾਹਮਣੇ ਆ ਰਹੀ ਹੈ। ਜੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣਾ ਦੀ ਸੈਂਟਰਲ ਜੇਲ੍ਹ ਦੇ ਬਾਹਰ ਜਿਹੜਾ ਹੈਗਾ ਸਾਇਰਨ ਲਗਾਤਾਰ ਵੱਜ ਰਿਹਾ ਅਤੇ ਅੰਦਰੋਂ ਫਾਇਰਿੰਗ ਦੀ ਆਵਾਜ਼ਾਂ ਵੀ ਆ ਰਹੀਆਂ। ਕੁਛ ਕਿਹਾ ਜਾ ਰਿਹਾ ਹੈ ਕੈਦੀ ਅਤੇ ਪੁਲਿਸ ਮੁਲਾਜ਼ਮਾਂ ਦੇ ਵਿਚਕਾਰ ਵੀ ਝੜਪ ਹੋ ਰਹੀ ਹੈ, ਪਰ ਹਾਲੇ ਕੋਈ ਵੀ ਕਿਸ ਤਰ੍ਹਾਂ ਦੀ ਸੂਚਨਾ ਜੋ ਹੈ ਸਾਹਮਣੇ ਨਹੀਂ ਆ ਰਹੀ। ਪਰ ਦੂਜੇ ਪਾਸੇ ਪੁਲਿਸ ਦੀ ਵੱਡੀ ਜਿਹੜੀ ਹੈਗੀ ਹੈ ਤੈਨਾਤੀ ਇੱਥੇ ਕੀਤੀ ਜਾ ਰਹੀ ਹੈ। ਵੱਖ ਵੱਖ ਜਿਹੜੇ ਪ੍ਰਸ਼ਾਸਨ ਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੀਆਂ ਟੀਮਾਂ ਇੱਥੇ ਪਹੁੰਚ ਚੁੱਕੀਆਂ ਅਤੇ ਲਗਾਤਾਰ ਤਸਵੀਰਾਂ ਤੁਸੀਂ ਸੁਣ ਸਕਦੇ ਹੋ ਕਿ ਅੰਦਰ ਸਾਇਰਨ ਵੱਜ ਰਿਹਾ ਅਤੇ ਰੁਕ ਰੁਕ ਕੇ ਜੋ ਹੈਗੀ ਫਾਇਰਿੰਗ ਦੀ ਜਾਂ ਹਵਾਈ ਫਾਇਰ ਦੀ ਆਵਾਜ਼ ਵੀ ਆ ਰਹੀਆਂ ਵਾ। ਪਰ ਮਾਮਲਾ ਕੀ ਹੈ, ਹਜੇ ਕੋਈ ਵੀ ਪੁਲਿਸ ਅਧਿਕਾਰੀ ਇਸ ਮਾਮਲੇ ਨੂੰ ਦੱਸਣ ਨੂੰ ਤਿਆਰ ਨਹੀਂ ਹੈ। ਪਰ ਬੇਸ਼ੱਕ ਕਿਹਾ ਜਾ ਰਿਹਾ ਕਿ ਅੰਦਰ ਕਾਫੀ ਜਿਹੜਾ ਮਾਹੌਲ ਹੈ ਠੀਕ ਨਹੀਂ ਹੈ ਅਤੇ ਕੈਦੀ ਸੂਚਨਾ ਆ ਰਹੀ ਸੀ ਕਿ ਕੈਦੀ ਆਪਸ ਦੇ ਵਿੱਚ ਲੜੇ ਨੇ ਅਤੇ ਪਰ ਬਾਅਦ 'ਚੋਂ ਹੁਣ ਜੋ ਸੂਚਨਾ ਆ ਰਹੀ ਹੈ, ਤਸਵੀਰਾਂ ਦੇਖ ਸਕਦੇ ਹੋ ਕਿ ਫਾਇਰਿੰਗ ਦੀ ਆਵਾਜ਼ ਲਗਾਤਾਰ ਆ ਰਹੀ ਆ ਕਿ ਜੋ ਹੁਣ ਸੂਚਨਾ ਆ ਰਹੀ ਆ ਕਿ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਕੈਦੀਆਂ ਦੀ ਝੜਪ ਹੋ ਰਹੀ ਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਆਲਾ ਅਧਿਕਾਰੀ ਜਿਹੜੇ ਹੈਗੇ ਨੇ ਇੱਥੇ ਲਗਾਤਾਰ ਪਹੁੰਚ ਰਹੇ ਨੇ। ਕਿਹਾ ਜਾ ਰਿਹਾ ਕਿ ਪਹਿਲਾਂ ਦੋ ਗੁੱਟਾਂ ਦੀ ਆਪਸ ਦੇ ਵਿੱਚ ਝੜਪ ਹੋਈ ਸੀਗੀ, ਉਸ ਤੋਂ ਬਾਅਦ ਕਿੰਨੇ ਵਜੇ ਦੀ ਗੱਲ ਹੈ ਜੀ? 12 ਵਜੇ ਦੀ ਹੈ ਜੀ, 12 ਵਜੇ ਦੀ। ਅੰਦਰ ਲੜ ਪਏ ਆਪਸ ਵਿੱਚ, ਅੰਦਰਲੇ ਬੰਦੇ ਮੁਰਜਮ ਹਵਾਲਾਤੀ, ਹਾਂ ਦੋਲਾਤੀ ਆਪਸ ਵਿੱਚ। ਜ਼ਖਮੀ ਪਤਾ ਨਹੀਂ ਜੀ, ਅੰਦਰ ਪਤਾ ਲੱਗੂ, ਅੰਦਰ ਜਾਣਗੇ ਨਾ। ਹੁਣ ਟਿਕੇ ਟਕਾ ਹੋ ਗਿਆ, ਫਾਇਰਿੰਗ ਹਵਾਈ ਫਾਇਰ ਅਸੀਂ ਕੀਤੀ ਆ, ਟਕਾ ਕੀਤਾ ਵਾਈ ਫਾਇਰ ਕਰਕੇ, ਟਕਾ ਕੀਤਾ ਕੰਟਰੋਲ ਦੇ ਵਿੱਚ ਆ। ਪਰ ਲਗਾਤਾਰ ਸਾਇਰਨ ਵੱਜ ਰਿਹਾ ਤੇ ਪੁਲਿਸ ਦੇ ਆਲਾ ਅਧਿਕਾਰੀ ਇੱਥੇ ਪਹੁੰਚ ਰਹੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਹਾਲੇ ਵੀ ਜਿਹੜਾ ਮਾਹੌਲ ਹੈ ਸ਼ਾਂਤੀਪੂਰਨ ਨਹੀਂ ਹੋਇਆ ਤੇ ਹਜੇ ਵੀ ਲਗਾਤਾਰ ਫਾਇਰਿੰਗ ਦੀ ਆਵਾਜ਼ਾਂ ਤੇ ਸਾਇਰਨ ਲਗਾਤਾਰ ਇੱਥੇ ਦੇਖਣ ਨੂੰ ਮਿਲ ਰਿਹਾ ਵਾ। ਤੇ ਹੋਰ ਐਂਬੂਲੈਂਸ ਤੇ ਹੋਰ ਇੱਥੇ ਜਿਹੜੀਆਂ ਹੈਗੀਆਂ ਵਾ ਲਗਾਤਾਰ ਇੱਥੇ ਤਸਵੀਰਾਂ, ਸ਼ਾਇਦ ਹੁਣ ਅੰਦਰ ਜਿਹੜੇ ਜ਼ਖਮੀ ਹੋਏ ਨੇ ਇਸ ਲੜਾਈ ਝਗੜੇ ਦੇ ਵਿੱਚ ਉਹਨਾਂ ਨੂੰ ਬਾਹਰ ਲਿਜਾਇਆ ਜਾਵੇਗਾ। ਲਗਾਤਾਰ ਹਰ ਇੱਕ ਪਲ ਦਾ ਅਪਡੇਟ ਤੁਹਾਨੂੰ ਦੈਨਿਕ ਸਵੇਰਾ ਤੇ ਦਿੰਦੇ ਰਹਾਂਗੇ। ਲੁਧਿਆਣਾ ਦੀ ਸੈਂਟਰਲ ਜੇਲ੍ਹ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕ ਟਾ, ਦੈਨਿਕ ਸਵੇਰਾ ਟੀਵੀ ਲੁਧਿਆਣਾ।